ਮੀਡੀਆ ਨੂੰ ਸਮਰਥਨ ਦਿੱਤਾ ਜੀ, ਜਿਹੜੇ ਵੀ ਉਹਨਾਂ ਦੇ ਪ੍ਰੋਗਰਾਮ ਹੋਣਗੇ ਅਸੀਂ ਪ੍ਰਸ਼ਾਸਨ ਦਾ ਧਿਆਨ ਰੱਖਦੇ ਹੋਏ ਉਹਨਾਂ ਦੇ ਨਾਲ ਸਾਥ ਦੇ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਨਾ ਨਾ ਰਲ ਕੇ ਹੀ ਰਲ ਕੇ ਸਾਰੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਸੱਦਾ ਦਿੰਦੇ ਹਾਂ ਵੀ ਸਾਰੇ, ਚਾਹੇ ਉਹ ਰਾਜਨੀਤਿਕ ਪਾਰਟੀਆਂ ਨੇ, ਬੁੱਧੀਜੀਵੀ ਨੇ, ਸਮਾਜ ਸੇਵਕ ਨੇ, ਸਾਰੇ ਸਾਡੇ ਨਾਲ ਆਓ, ਅਸੀਂ ਰਲ ਕੇ ਜਿਹੜਾ ਉਹਨਾਂ ਨੇ ਕਿਹਾ 1 ਤਰੀਕ ਤੋਂ ਅਣਮਿੱਥੇ ਸਮੇਂ ਲਈ ਰੇਲ ਰੋਕੂ ਅੰਦੋਲਨ ਹੈ, ਅਸੀਂ ਉਹਦਾ ਸਾਥ ਦੇਵਾਂਗੇ ਤੇ ਡਟ ਕੇ ਜਦੋਂ ਤੱਕ ਚੱਕਿਆ ਨਹੀਂ ਜਾਂਦਾ ਉਹਦੇ ਨਾਲ। ਹਰਦੀਪ ਸਿੱਧੂ ਨੇ ਕਿਹਾ ਕਿ ਜਿਹੜਾ ਬੀਜੇਪੀ ਦੇ ਆਪਣਾ ਹਮਾਇਤ ਕਰ ਰਹੇ ਨੇ ਜਿਹੜੇ ਕਲਾਕਾਰ, ਜੇ ਆਪਾਂ ਗੱਲ ਕਰੀਏ ਆਪਣਾ ਗੁਰਦਾਸ ਮਾਨ ਜੀ ਦੀ, ਉਹਨਾਂ ਨੇ ਪਹਿਲਾਂ ਹਿੰਦੀ ਨੂੰ ਲੈ ਕੇ ਤਾਂ ਬੜਾ ਹਨਾ ਬਿਆਨ ਦਿੱਤਾ, ਕਲਾਕਾਰ ਹਮਾਇਤ ਕਰ ਰਹੇ ਨੇ ਬੀਜੇਪੀ ਦੀ, ਕਿਹਾ ਸੀ ਉਹਨਾਂ ਦਾ ਬਾਈਕਾਟ ਕਰਾਂਗੇ, ਭਾਈ ਦੀਪ ਸਿੱਧੂ ਨੇ ਕੱਲ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਸੀ। ਅਸੀਂ ਬਿਲਕੁਲ ਕਰਾਂਗੇ ਜੀ, ਬਿਲਕੁਲ, ਜਿਹੜਾ ਵੀ ਬੰਦਾ ਬੀਜੇਪੀ ਦਾ ਇੱਥੇ ਪ੍ਰਚਾਰ ਕਰ ਰਿਹਾ ਜਦੋਂ ਸਾਡੀਆਂ ਉਹ ਮੰਗਾਂ ਨਹੀਂ ਮੰਨਦੀ, ਜਦੋਂ ਸਾਡੇ ਉਹ ਹੱਕ ਹੀ ਨਹੀਂ ਦੇਣੀ, ਫਿਰ ਸਾਡੀ ਕੀ ਲੱਗਦੀ ਹੈ ਜੀ, ਆਪਾਂ ਵਿਰੋਧ ਕਰਾਂਗੇ। ਦੇਖੋ ਜਿਹੜਾ ਸਾਡੀ ਸਟੇਜ ਤੇ ਆ ਗਿਆ ਜੀ ਉਹ ਸਾਡੇ ਹੱਕ 'ਚ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਪਰ ਫਿਰ ਵੀ ਜਿਹੜੀ ਨੌਜਵਾਨੀ ਹੈ ਉਹ ਕਈ ਵਾਰੀ ਜੋਸ਼ 'ਚ ਆ ਜਾਂਦੀ ਆ, ਉਹਨੂੰ ਹਾਲੇ ਤੱਕ ਨਹੀਂ, ਕਈ ਵਾਰੀ ਤੱਤੇ ਹੋ ਜਾਂਦੇ ਆ, ਪਰ ਅਸੀਂ ਸਤਿਕਾਰ ਕਰਦੇ ਜਿਹੜਾ ਸਾਡੇ ਨਾਲ ਸਾਡੇ ਮੰਚ ਤੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਖੜ ਗਿਆ, ਅਸੀਂ ਉਹਦਾ ਬਹੁਤ ਸਤਿਕਾਰ ਕਰਾਂਗੇ, ਅਸੀਂ ਉਹਨੂੰ ਚਾਹਵਾਂਗੇ ਵੀ ਸਾਡੇ, ਅਸੀਂ ਤਾਂ ਲੀਡਰਾਂ ਨੂੰ ਵੀ ਇਹ ਗੱਲ ਕਹਿੰਦੇ ਹਾਂ ਕਿ ਲੀਡਰੀ ਤੋਂ ਪਾਰਟੀਬਾਜ਼ੀ ਤੋਂ ਉੱਤੇ ਆ ਕੇ ਅੱਜ ਕਿਸਾਨ ਯੂਨੀਅਨ ਦਾ, ਕਿਸਾਨ ਦਾ ਸਾਥ ਦਿਓ। ਪਹਿਲਾਂ ਜੇ ਕੋਈ ਧਰਮ ਹੋਣਾ ਚਾਹੀਦਾ ਉਹ ਕਿਸਾਨੀ ਹੋਣਾ ਚਾਹੀਦਾ, ਝੰਡਾ ਚੱਕਣਾ ਤਾਂ ਜੀ ਕਿਸਾਨੀ ਦਾ ਚੱਕੋ, ਨਾ ਕਿ ਆਪਣੀਆਂ ਪਾਰਟੀਆਂ। ਹਾਂ ਬਿਲਕੁਲ ਬੋਲੇ ਜੀ, ਹੁਣ ਵੀ ਬੋਲਾਂਗੇ ਸਨੀ ਦਿਓਲ ਨੂੰ, ਪੰਜਾਬ ਨੇ ਆ ਦੇਖੋ ਨੌਜਵਾਨ, ਮੈਂ ਨਹੀਂ ਬੋਲਿਆ, ਇਹ ਕਾਮ ਬੰਦਾ, ਮੈਂ ਦੇਖੋ ਜੇ ਠੀਕ ਆ ਮੈਂ ਆਰਟਿਸਟ, ਆਹ ਦੇਖੋ ਸਨੀ ਦਿਓਲ ਬਾਰੇ ਪੰਜਾਬ ਦੇ ਲੋਕ ਜਵਾਬ ਦੇਣਗੇ, ਇਹ ਜਵਾਬ ਦਊਗਾ ਭਾਈ। ਜਦੋਂ ਤੱਕ ਨਹੀਂ ਵਾਪਸ ਲਿਆ ਜਾਊਗਾ ਸਾਡੇ ਕੋਲ ਹੋਰ ਕੋਈ ਹੱਲ ਹੈ ਨੀਗਾ, ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ, ਫਸਲਾਂ, ਪੀੜ੍ਹੀਆਂ ਦਾ ਰੋਜ਼ੀ ਰੋਟੀ ਦਾ ਸਵਾਲ ਹੈ, ਪੰਜਾਬ ਕੋਲ ਖੇਤੀ ਤੋਂ ਬਿਨਾਂ ਪੰਜਾਬ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਕਮੇਟੀ ਹਲੇ ਬਣੀ ਨਹੀਂ ਹੈਗੀ, ਉੱਥੇ ਸਿਰਫ ਚਰਚਾ ਹੋਈ ਹੈ ਕਿ ਏਦਾਂ ਦੀ ਕਮੇਟੀ ਬਣੇ, ਜਦੋਂ ਕਮੇਟੀ ਬਣਾਵਾਂਗੇ ਜਿਹੜੀਆਂ ਜਥੇਬੰਦੀਆਂ ਨੇ ਉਹ ਪ੍ਰੋਪਰ ਅਨਾਊਂਸ ਕਰ ਦੇਣਗੇ। ਤੁਸੀਂ ਆਪਣਾ ਰੇਲਾਂ 'ਚ ਰੁਕੋਗੇ, ਜਾਮ ਕਰੋ? ਹਾਂ ਬਿਲਕੁਲ ਜਾਵਾਂਗੇ। ਬੈਠੋ, ਤੁਸੀਂ ਕਿੱਥੇ ਬੈਠੋਗੇ? ਅਸੀਂ ਜਿੱਥੇ ਸਾਨੂੰ ਅੱਜ ਸ਼ਾਮ ਤੱਕ ਕਲੀਅਰ ਕਰ ਦੇਣਗੇ, ਆਈ ਥਿੰਕ ਸ਼ੰਭੂ ਬੈਰੀਅਰ ਆ ਜਿਹੜਾ ਉਹ ਰੇਲਵੇ ਲਾਈਨ ਆ, ਅਸੀਂ ਉੱਥੇ ਆਉਣ ਮਿੱਥੇ ਸਮੇਂ ਲਈ, ਮੈਨੂੰ ਐਗਜੈਕਟ ਨਹੀਂ ਪਤਾ, ਸ਼ਾਮ ਤੱਕ ਕਲੀਅਰ ਹੋ ਜਾਊਗਾ, ਸੋ ਕੱਲ੍ਹ ਨੂੰ ਅਸੀਂ ਉੱਥੇ ਬੈਠਾਂਗੇ। ਉਹ ਤਾਂ ਜੀ ਇੱਕ ਦੇਖੋ ਉਹ ਕਿਸਾਨ ਨਹੀਂ ਹੈਗੇ, ਜਿਹੜਾ ਇਹਨਾਂ ਬਿੱਲਾਂ ਦੇ ਹੱਕ 'ਚ ਆਉਂਦਾ, ਪਹਿਲੀ ਗੱਲ ਇਹ ਹੈ ਕਿ ਉਹ ਕਿਸਾਨ ਨਹੀਂ ਹੈਗਾ, ਉਹ ਉਹਨਾਂ ਦੇ ਆਪਦੀ ਪਾਰਟੀ ਦੇ ਵਰਕਰ ਨੇ। ਜਦੋਂ ਹੁਣ ਇੰਨੀ ਜ਼ਿਆਦਾ ਬੇਇੱਜ਼ਤੀ ਬੀਜੇਪੀ ਦੀ ਪੂਰੇ ਇੱਥੇ ਪੰਜਾਬ 'ਚ ਨਹੀਂ, ਹਰਿਆਣਾ, ਹਰ ਇੱਕ ਸਟੇਟ 'ਚ, ਭਾਰਤ 'ਚ ਹੋ ਚੁੱਕੀ ਆ, ਆਪਦੀ ਇੱਜ਼ਤ ਬਚਾਉਂਦੇ ਫਿਰਦੇ ਨੇ, ਉਹ ਕੋਈ ਕਿਸਾਨ ਨਹੀਂ ਹੈਗੇ, ਉਹਦਾ ਹੀ ਉਹਨਾਂ ਨੇ ਆਪਦਾ ਸ਼ੋਸ਼ਾ ਜਿਹਾ ਕਰਕੇ ਆਪਦੇ ਘਰੇ ਜਾ ਵੜੇ। ਕਦਰ ਪਾਰਟੀ ਵੀ ਕੱਲ੍ਹ ਕਿਸਾਨ ਹੱਕ 'ਚ ਮਾਰਚ ਕੱਢ ਰਹੀ ਆ, ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਹਾਂ, ਸਾਰਿਆਂ ਨੂੰ ਕਹਿੰਦੇ ਹਾਂ ਜਿਹੜੀ ਅੱਜ ਅਸਤੀਫੇ ਦੀ ਜਿਹੜੀ ਗੱਲ ਕੀਤੀ ਆ, ਚੀਜ਼ੀ ਤੇ ਉਂਗਲੀ ਲਾ ਕੇ ਕੁਰਬਾਨੀ ਦੀ ਗੱਲ ਕਰ ਰਹੇ ਹੋ, ਅੱਜ ਵੀ ਇੱਥੇ ਹੋਈ ਆ, ਉਹਨਾਂ ਬਾਰੇ ਕੀ ਸੋਚਦੇ ਹੋ? ਕਿਵੇਂ ਅੱਜ ਵੀ ਬਾਈ ਨੇ ਗੱਲ ਕੀਤੀ ਆ, ਉਹ ਚੀਜ਼ੀ ਤੇ ਜਿਹੜਾ ਆ ਖੂਨ ਲਾ ਕੇ ਕੁਰਬਾਨੀ ਦੀ ਗੱਲ ਜਿਹੜੀ ਕਰ ਰਹੇ ਆ, ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਦੇਖੋ ਅੱਜ ਇਹਨਾਂ ਗੱਲਾਂ ਦੀ ਮੈਨੂੰ ਲੱਗਦਾ ਵੀ ਜ਼ਰੂਰਤ ਨਹੀਂ ਹੈਗੀ, ਅੱਜ ਲੋੜ ਹੈ ਏਕੇ ਦੀ, ਠੀਕ ਹੈ। ਮੈਂ ਕਹਿੰਦਾ ਵੀ ਸਿਆਸਤ ਕਰੋ, ਰੱਜ ਰੱਜ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਲੋਕ ਅੱਜ ਵੀ ਦੇਖਿਆ ਤੁਸੀਂ ਜਿਹੜਾ ਲੀਡਰਾਂ ਨੂੰ ਨਕਾਰ ਰਹੇ ਨੇ,
ਵੀਰੇ ਮੈਂ ਤੰਗ ਆਈ ਇਹਨੇ ਤੋਂ ਲੀਡਰ ਆ ਦੇਖੋ ਲੋਕਾਂ ਦੀ ਬੋਲੀ ਹੈ ਇਹਦਾ ਮੈਂ ਕੋਈ ਜਵਾਬ ਨਹੀਂ ਦਊਗਾ ਇਹ ਲੋਕਾਂ ਦੀ ਬੋਲੀ ਹੈ ਕਿਸਾਨਾਂ ਦੇ ਸਿਰ ਤੇ ਰਾਜਨੀਤੀ ਕਰਦੀ ਜੀ ਜਿਹੜੀ ਸਰਕਾਰ ਆ ਕਿਸਾਨਾਂ ਦੇ ਲਈ ਮੈਂ ਦੇਖੋ ਮੈਂ ਮੀਡੀਆ ਨੂੰ ਇਹ ਬੇਨਤੀ ਕਰਦਾ ਹੈ ਇਹ ਸੰਘਰਸ਼ ਸਾਡਾ ਸਾਥ ਦਿਓ ਨਾ ਕਿ ਸਾਡੇ 'ਚ ਪਾਰ ਪਾਓ ਸਾਨੂੰ ਏਕੇ ਦਾ ਸੰਦੇਸ਼ ਦਿਓ ਚਾਹੇ ਉਹ ਕੋਈ ਪੋਲੀਟੀਕਲ ਪਾਰਟੀ ਹੈ ਚਾਹੇ ਕੋਈ ਉਹ ਜਥੇਬੰਦੀ ਹੈ ਚਾਹੇ ਕੋਈ ਵੀ ਬੰਦਾ ਜਿਹੜਾ ਪੰਜਾਬ ਦੇ ਕਿਸਾਨਾਂ ਲਈ ਖੜਾ ਉਹਨੂੰ ਨਾਲ ਲੈ ਕੇ ਚੱਲੀਏ ਉਸ ਤੋਂ ਬਾਅਦ 'ਚ ਸਿਆਸਤਾਂ ਵੀ ਹੋਣਗੀਆਂ ਸਾਰਾ ਕੁਛ ਹੋਊਗਾ ਉਸ ਤੋਂ ਬਾਅਦ 'ਚ ਵੀ ਆ ਪਰ ਪਹਿਲਾਂ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਭਾਈ ਕੱਲ੍ਹ ਦੀਪ ਸਿੱਧੂ ਬਾਈ ਕਹਿ ਰਹੇ ਸੀ ਹੈ ਨਾ ਜਿਹੜਾ ਆਰ ਐਸ ਐਸ ਦਾ ਫੋਨ ਆਇਆ ਹੋਰਾਂ ਨੂੰ ਵੀ ਆਇਆ ਹੋਊਗਾ ਉਹਨਾਂ ਬਾਰੇ ਕੀ ਸੋਚਦੇ ਹੋ ਉਸ ਚੀਜ਼ ਨਹੀਂ ਮੈਨੂੰ ਤਾਂ ਹਾਲੇ ਮੈਂ ਦੇਖੋ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਸੀ RSS ਦਾ ਫੋਨ ਮੈਨੂੰ ਤਾਂ ਨਹੀਂ ਆਇਆ ਹੈਗਾ ਮੈਂ ਤੁਹਾਨੂੰ ਇਹੀ ਕਹਿ ਦਵਾਂ ਹੋ ਸਕਦਾ ਉਹਨਾਂ ਨੂੰ ਧੰਨਵਾਦ ਕਰੋ ਕਿਉਂਕਿ ਉਹਦਾ ਧੰਨਵਾਦ ਕਰੋ ਕਿਸਾਨਾਂ ਦੇ ਹੱਕ ਚ ਲੜਦਾ ਹੈ ਭਾਈ ਇੱਕ ਮਿੰਟ ਬਾਈ ਯਾਰ ਕਿਸਾਨਾਂ ਨਾਲ ਖੜਨਗੇ ਹੋਰ ਵੀ ਸਿੰਗਰ ਸਾਰੇ ਖੜੇ ਨੇ ਖੜਨਗੇ ਨਹੀਂ ਸਾਰੇ ਖੜੇ ਨੇ ਸਾਰੇ ਏ ਟੂ ਜੈਡ ਇੰਡਸਟਰੀ ਛੋਟੇ ਤੋਂ ਲੈ ਕੇ ਵੱਡਾ ਈਵਨ ਕਿ ਹਰਭਜਨ ਮਾਨ ਸਾਹਿਬ ਸਾਰੇ ਬੱਬੂ ਮਾਨ ਬਾਈ ਸੋਸ਼ਲ ਮੀਡੀਆ ਜਿਹਦਾ ਜਿੱਥੇ ਜ਼ੋਰ ਚੱਲਦਾ ਉਹ ਖੜਾ ਤੇ ਜਿਹੜਾ ਨਹੀਂ ਖੜਾ ਅਸੀਂ ਉਹਦਾ ਵਿਰੋਧ ਕੀਤਾ ਚਾਹੇ ਉਹ ਗੁਰਦਾਸਪੁਰ ਮੈਂ ਗੁਰੂ ਰੰਧਾਵੇ ਨੂੰ ਕਿਹਾ ਕਿ ਉਹ ਸਾਡੇ ਲਈ ਇੱਕ ਨੈਸ਼ਨਲ ਮੀਡੀਆ ਕਿਉਂਕਿ ਸਾਡੀ ਗੱਲ ਸੁਣ ਨਹੀਂ ਰਿਹਾ ਉਹ ਸਾਡੇ ਲਈ ਨੈਸ਼ਨਲ ਮੀਡੀਆ ਤੋਂ ਵੱਡਾ ਹੈ ਉਹ ਚਾਰ ਪੋਸਟਾਂ ਪਾ ਕੇ ਵਿਰੋਧ ਕਰੇ ਇਹਨਾਂ ਬਿੱਲਾਂ ਦਾ ਸੋ ਸਾਡੇ ਲਈ ਉਹ ਵੱਡੀ ਗੱਲ ਹੈ ਸਾਡਾ ਭਰਾ ਸਾਡਾ ਸਾਥ ਦੇਵੇ ਮੁੱਖ ਮੰਤਰੀ ਸਾਹਿਬ ਜੀ ਨੇ ਮੀਟਿੰਗ ਕੀਤੀ ਹੈ ਸਾਰੇ ਕਿਸਾਨਾਂ ਨਾਲ ਤੇ ਸਿੰਗਰਾਂ ਨੂੰ ਵੀ ਬਲੈਕ ਕਮੇਟੀ ਬਣਾਈ ਹੈ ਤੁਸੀਂ ਮੁੱਖ ਮੰਤਰੀ ਦਾ ਚੰਗਾ ਪ੍ਰਾਲਾ ਸਮਝਦੇ ਹੋ ਨਹੀਂ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਸੀ ਸਾਡੀ ਕਿਸਾਨ ਜਥੇਬੰਦੀਆਂ ਨਾਲ ਸੀ ਕਿਸਾਨ ਜਥੇਬੰਦੀਆਂ 31 ਸੀ 31 ਆ ਦੇਖੋ ਜਦੋਂ 31 ਨੇ ਏਕਾ ਕਰ ਲਿਆ ਤਾਂ ਸਭ ਤੋਂ ਪਹਿਲਾ ਸਮਰਥਨ ਅਸੀਂ ਉਹਨਾਂ ਨੂੰ ਦਿੱਤਾ ਆਪਦੀ ਇੰਡਸਟਰੀ ਵੱਲੋਂ ਕਿ ਜੋ ਤੁਸੀਂ ਕਿਉਂਕਿ ਤੁਹਾਡੇ ਕੋਲ ਹੋਸ਼ ਹੈ ਸਾਡੇ ਕੋਲ ਜੋਸ਼ ਹੈ ਅਸੀਂ ਇਹਨੂੰ ਇਕੱਠਾ ਕਰਕੇ ਜੋ ਤੁਸੀਂ ਸਾਨੂੰ ਅੱਗੇ ਰਾਹ ਦਿਖਾਓਗੇ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ।